फेरे यार आप जंगल च फस गए, देखो किवें दा राह है। सारा स्टोन ब्रिज कहिंदे आ कणा पईआं ने, ते उपर देखो रेट लिखा है भी सारिया लकड़ां दा रेट 2500 है। जिन्हों चाहीदियां ने फोन करो ते लै अपने दा। हुण तक धूनी बाल के हणाई मचा दिंदे पिंड वाले दा। नवां दिन ते दसंबर दा आखिरी शहीदी हफ्ता चल रहा है, ते ओह रूहानी रूहां नूं याद करांगे जिन्हां ने सिख कौम वास्ते इन्ने वड्डे सैक्रीफाइस कीते। ਤਾਂ ਗੁਰੂ ਘਰ ਚ ਆਪਾਂ ਪਹਿਲਾਂ ਅਰਦਾਸ ਕਰਾਂਗੇ, ਫਿਰ ਅੱਜ ਦੇ ਦਿਨ ਦੀ ਸ਼ੁਰੂਆਤ ਕਰਾਂਗੇ। ਤਾਂ ਆਪਾਂ 40 ਮਿੰਟ ਅੰਦਰ ਬੈਠੇ, ਬੜਾ ਸਕੂਨ ਮਿਲਿਆ। ਨਾਲ ਆਪਣੇ ਭਾਅ ਜੀ ਨੇ, ਉਹ ਵੱਡਾ ਭਾਈ ਹੈ, ਇਹ ਆਰਮੀ 'ਚ ਨੇ, ਸਾਮ ਰਾਈਫਲ 'ਚ। ਇਹਨਾਂ ਨੂੰ ਹੋ ਗਏ 3 ਸਾਲ ਹੋ ਰਹੇ ਹੋਗੇ, ਪੂਰੇ ਨੌਰਥ ਈਸਟ 'ਚ ਹੋ ਗਏ ਆਪਣੇ, ਲਗਭਗ 15-16 ਸਾਲ ਹੋ ਗਏ, ਕਿਉਂਕਿ ਅਸਾਮ ਰਾਈਫਲ ਨੌਰਥ ਈਸਟ 'ਚ ਹੀ ਰਹਿੰਦੀ ਹੈ। ਅਤੇ ਬਾਬਾ ਜੀ ਪਾਠ ਕਰਦੇ ਆ ਉਰੇ, ਅਤੇ ਆਰਮੀ 'ਚ ਵੀ ਨੇ। 1963 ਦੇ ਵਿੱਚ ਗੁਰਦੁਆਰਾ ਸਾਹਿਬ ਜਿਹੜਾ ਮਤਲਬ ਸਟੇਬਲਾਈਜ਼ ਹੋਇਆ ਸੀਗਾ। ਹਾਂਜੀ। ਅਤੇ ਉਸ ਤੋਂ ਬਾਅਦ 'ਚ ਇਹ ਸੇਵਾ ਸੰਭਾਲ ਸਾਰੀ ਸਿਵਲ ਦੀ ਸੀਗੀ ਜੀ। ਅਤੇ 31 ਤੋਂ ਬਾਅਦ 44 ਦੇ ਅੰਡਰ ਆਇਆ, 44 ਆਸਾਮ ਰਾਈਫਲ ਦੇ ਅੰਡਰ ਉਹਨਾਂ ਨੇ ਸੇਵਾ ਨਿਭਾਈ। ਉਸ ਤੋਂ ਬਾਅਦ ਹੁਣ 23 ਅਸੀਂ, ਸਾਨੂੰ 3 ਸਾਲ ਹੋ ਗਏ ਇੱਥੇ। ਓਕੇ ਓਕੇ ਓਕੇ। ਬਾਈ ਇੱਕ ਹੋਰ ਪੰਜਾਬੀ ਮਿਲ ਗਿਆ ਹੈ ਉਰੇ, ਪੋਸਟਿੰਗ ਹੋ ਗਈ ਇਹਦੀ, ਪੋਸਟ ਆਫਿਸ ਚੋਂ ਬਾਈ। ਹਾਂ, ਇੰਡੀਆ ਪੋਸਟ। ਬੜੀ ਦੂਰ ਕੀਤੀ ਯਾਰ ਪੋਸਟਿੰਗ। ਬਸ ਸਾਡੀ ਤਾਂ ਨੌਕਰੀ ਆ ਵੀ। ਨਹੀਂ, ਇਹ ਤਾਂ ਬਾਲਾ ਧੱਕਾ ਕੀਤਾ ਯਾਰ, ਐਡੀ ਦੂਰ ਜਾਣਾ। ਤਾਂ ਅੱਜ ਤੁਹਾਨੂੰ ਦਿਖਾਵਾਂਗੇ ਕਿੱਥੋਂ ਨਾਗਾਲੈਂਡ ਦੇ ਲੋਕ ਨਿਕਲੇ ਆ। ਇਹ ਮੰਨਦੇ ਆ ਕਿ ਇਹ ਸਾਡਾ ਓਰੀਜਨ ਹੈ, ਉੱਥੇ ਚੱਲੇ ਆਪਾਂ। ਕੋਕਚੁੰਗ ਤੋਂ ਆਪਾਂ ਚੱਲ ਪਏ ਲੌਂਗਖੌਂਗ ਵੱਲ। ਤਾਂ ਮੈਂ ਲੱਕੜ ਦੇ ਪੁਲ ਦੇਖੇ ਆ, ਸਮਿੰਟ ਦੇ ਪੁਲ ਦੇਖੇ ਆ, ਕਦੇ ਤੁਸੀਂ ਸਟੋਨ ਦਾ ਪੱਥਰਾਂ ਦਾ ਪੁਲ ਦੇਖਿਆ? ਤਾਂ ਉਹ ਪਿੰਡ 'ਚ ਪੱਥਰਾਂ ਦਾ ਪੁਲ ਦੇਖਣ ਜਾ ਰਹੇ ਹਾਂ ਆਪਾਂ, ਅਤੇ ਡਿਫਰੈਂਟ ਰਾਹ 'ਤੇ ਹੈ। ਇੱਥੇ ਨਾ ਸ਼ਿਕਾਰ ਕਰਨ ਵਾਲੀਆਂ ਬੰਦੂਕਾਂ ਲੈ ਕੇ ਤਾਂ ਆਮ ਜੇ ਘੁੰਮਦੇ ਆ ਲੋਕ, ਸਾਨੂੰ ਬਹੁਤ ਦੇਖਿਆ ਹੁਣ ਤੱਕ। ਅਤੇ ਟੂਰਿਸਟਾਂ ਨੂੰ ਤਾਂ ਉਹਨਾਂ ਨੇ ਕੀ ਕਹਿਣਾ, ਸ਼ਿਕਾਰ ਵਾਲੇ ਹੁੰਦੇ ਆ, ਪਰ ਰਾਤ ਰੂਤ ਨੂੰ ਇੱਧਰ ਧਿਆਨ ਨਾਲ ਟਰੈਵਲ ਕਰਨਾ, ਕਿਉਂਕਿ ਜਿਹੜੇ ਉਗਰਵਾਦੀ 'ਚ ਆ ਹੁਣ ਤਾਂ ਹੈ ਨਹੀਂ ਖਰਾ ਇੰਨੇ, ਪਰ ਉਹ ਸਾਰੇ ਰਾਤ ਨੂੰ ਹੀ ਆਪਣਾ ਨਿਕਲਦੇ ਆ ਬਾਹਰ। ਇੱਥੋਂ ਦਾ ਪਿੰਡ ਹੈ ਕੋਈ, ਐਂ ਬੋਰਡ ਜੇ ਬਣੇ ਹੁੰਦੇ ਆ। ਨਾਗਾਲੈਂਡ 'ਚ ਨਾ ਜਿੱਥੇ ਵੀ ਪਹਾੜ ਨੇ ਤੁਹਾਨੂੰ ਇਹ ਮਸ਼ੀਨਾਂ ਜਿਹੀਆਂ ਲੱਗੀਆਂ ਮਿਲ ਜਾਣਗੀਆਂ। ਇਹ ਪਹਾੜ ਨੂੰ ਕੱਟ ਕੇ ਫਿਰ ਬਾਜਰੀ ਬਣਾਉਂਦੀਆਂ ਨੇ, ਥੋੜ੍ਹੇ ਥੋੜ੍ਹੇ 100-100 ਮੀਟਰ ਬਾਅਦ। ਪਤਾ ਨਹੀਂ ਇਹ ਬਾਜਰੀ ਦਾ ਰੋਡ ਬਣਾਉਂਦੇ, ਪਤਾ ਨਹੀਂ ਵੇਚਦੇ ਹੈ ਹੁਣ, ਪਰ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਨੇ। ਤਾਂ ਉਸ ਦਿਨ ਅਸੀਂ ਆ ਖੱਬੇ ਪਾਸੇ ਤੋਂ ਆਏ, ਅਤੇ ਜਿਹੜਾ ਇਹ ਰੋਡ ਹੈ ਨੈਸ਼ਨਲ ਹਾਈਵੇ ਜਾਂਦਾ ਜੁਨੂ ਭੱਟੋ ਨੂੰ, ਪਰ ਆਪਾਂ ਜਾ ਰਹੇ ਹਾਂ ਬੋਖਾ ਸਾਈਡ। ਇਹ ਵੀ ਜ਼ਿਲ੍ਹਾ ਹੈ ਬੋਖਾ, ਇਹ ਵੀ ਨੈਸ਼ਨਲ ਹਾਈਵੇ ਹੈ, ਇਹ ਵੀ ਦੇਖੋ। ਤਾਂ ਅੱਗੇ ਕੋਈਮਾ ਨੂੰ ਨਿਕਲ ਜਾਂਦਾ, ਇੱਧਰ ਉਹ ਪਿੰਡ ਨੈਸ਼ਨਲ ਹਾਈਵੇ ਤਾਂ ਉਰੇ ਸਾਰੀਆਂ ਹੀ ਨੇ। ਇਹ ਵੀ ਜਮਾਂ ਸੁੰਨਾ ਰੋਡ ਹੈ, ਕੁਛ ਵੀ ਨਹੀਂ ਹੈਗਾ, ਬਸ ਸਿਰਫ ਦਰਖਤ ਨੇ, ਜੰਗਲ ਹੈ। ਨਾਗਾਲੈਂਡ 'ਚ ਜ਼ਿਆਦਾਤਰ ਗੱਡੀਆਂ ਐਵੇਂ ਦੀਆਂ ਹੀ ਨੇ, ਆਹ ਬੱਚੇ ਕਿਡਨੈਪਿੰਗ ਵਾਲੀਆਂ ਜੋ ਫਿਲਮਾਂ 'ਚ ਦੇਖ, ਬੱਚੇ ਚੱਕ ਕੇ ਲੈ ਜਾਂਦੇ ਸੀ, ਗੁੰਡੇ ਗਾਂਡੇ ਹੁੰਦੇ ਸੀ, ਬਸ ਆਹੀ ਗੱਡੀਆਂ ਨੇ ਉਰੇ। ਉਰੇ ਜਿਹੜੇ 2-3 ਚਰਚ ਨੇ ਨਾ, ਕੋਈ ਤਾਂ ਮੈਰੀ ਮਦਰ ਮੈਰੀ ਨੂੰ ਮੰਨਦਾ ਜੋ ਜੀਜਸ ਦੀ ਬੇਬੇ ਸੀ, ਹੈ ਨਾ, ਉਹਦਾ ਅਲੱਗ ਚਰਚ ਹੈ। ਕੋਈ ਜੀਜਸ ਨੂੰ ਮੰਨਦਾ, ਤਾਂ ਕ੍ਰਿਸਚਨ ਧਰਮ 'ਚ ਵੀ ਇਹ ਸਿਸਟਮ ਹੈ। ਕ੍ਰਿਸਮਿਸ ਦਾ ਕਰੇਜ ਆ ਚੀਜ਼ਾਂ ਤੋਂ ਲਾ ਲਓ, ਦੇਖੋ ਹੈਪੀ ਨਿਊ ਈਅਰ ਪੂਰੀ ਡੈਕੋਰੇਸ਼ਨ ਕੀਤੀ ਪਈ ਹੈ। ਅਤੇ ਜੇ ਤੁਸੀਂ ਮੋਕੋਕਚੁੰਗ ਤੋਂ ਕੋਈਮਾ ਨੂੰ ਜਾਣਾ, ਤਾਂ ਇਹ ਰੋਡ ਤੋਂ ਜਾ ਸਕਦੇ ਹੋ, 250 ਕਿਲੋਮੀਟਰ ਦੂਰ ਹੈ ਇੱਥੋਂ। ਇਹ ਰੋਡ ਬੈਸਟ ਹੈ, ਜੁਨੋ ਭੱਟੋ ਵਾਲਾ ਵਧੀਆ ਨਹੀਂ, ਜੁਨੋ ਭੱਟੋ ਤੱਕ ਬਹੁਤ ਗੰਦਾ ਰੋਡ ਹੈ, ਤੁਸੀਂ ਦੇਖਿਆ ਹੀ ਹੈ। ਇਹ ਰੋਡ ਲੰਘ ਗਿਆ ਕੋਈਮਾ ਨੂੰ, ਆਪਾਂ ਪਿੰਡ ਨੂੰ ਜਾਣਾ, ਇੱਧਰ ਹੈ ਪਿੰਡ, ਹੁਣ ਪਤਾ ਨਹੀਂ ਇੱਧਰ ਹੈ ਇੱਧਰ ਹੀ ਹੈ। ਉਰੇ ਦੇ ਪਿੰਡ ਬਹੁਤ ਸੋਹਣੇ ਆ, ਇੱਕ ਤਾਂ ਉਰੇ ਕੁਦਰਤ ਬਹੁਤ ਹੈ, ਫੁੱਲ ਫਲ ਬਹੁਤ ਲਾ ਕੇ ਰੱਖਦੇ ਆ, ਰਾਹ ਬਹੁਤ ਜ਼ਿਆਦਾ ਸੋਹਣਾ ਹੈ। ਜੇ ਤੁਸੀਂ ਘੁੰਮਣ ਵਾਸਤੇ ਹਜੇ ਵੀ ਨਹੀਂ ਤਿਆਰ, ਤਾਂ ਮੈਂ ਰਾਤ ਨੈੱਟਫਲਿਕਸ 'ਤੇ ਦੇਖ ਰਿਹਾ ਸੀ, ਇੱਕ ਡਾਕੂਮੈਂਟਰੀ ਸੀ ਹੋਮ ਟੂ ਹੋਮ, ਜਰਮਨੀ ਦਾ ਮੁੰਡਾ ਹੁੰਦਾ ਮੇਰੇ ਵਰਗਾ, 22-23 ਸਾਲਾਂ ਦਾ, ਬੋਰ ਹੋ ਜਾਂਦਾ, ਫਿਰ ਉਹ ਸਾਈਕਲ ਚੱਕ ਕੇ ਘੁੰਮਣ ਲਈ ਨਿਕਲ ਜਾਂਦਾ, ਅਤੇ ਉਹ ਪੂਰੀਆਂ ਖਤਰਨਾਕ ਕੰਟਰੀਆਂ 'ਚ ਘੁੰਮਦਾ ਹੈ ਨਾ, 2 ਸਾਲ ਨਹੀਂ ਉਹ ਮੁੜਦਾ। ਤਾਂ ਦੇਖਿਓ ਇੱਕ ਹੋਰ ਐਕਸਪੈਂਜਰ ਹੈਪੀਨੈਸ, ਦੋਨੋਂ ਟਰੈਵਲਿੰਗ ਦੇ ਰਿਲੇਟਡ ਨੈੱਟਫਲਿਕਸ ਦੇ ਬਹੁਤ ਯਾਰ ਫਿਲਮਾਂ ਨੇ। ਆਪਾਂ ਪਹੁੰਚ ਗਏ ਲੌਂਗਖੁੰਮ ਪਿੰਡ 'ਚ, ਬਹੁਤ ਸੋਹਣਾ ਪਿੰਡ ਹੈ। ਤਾਂ ਇਹ ਪਿੰਡ ਦਾ ਸਕੂਲ ਹੈ, ਬਾਹਲਾ ਸੋਹਣਾ ਸਕੂਲ ਹੈ ਯਾਰ, ਆਹ ਦੇਖੋ ਵੀ ਦਾਰੂ ਦੂਰੂ ਨਹੀਂ ਪੀਣੀ ਚਾਹੀਦੀ, ਉਹ ਸੀਨਰੀ ਬਣਾਈ ਹੋਈ ਹੈ, ਬਾਹਲਾ ਸੋਹਣਾ ਪਿੰਡ ਹੈ। ਦੇਖੋ ਰੂਟ ਮੈਪ ਲੱਗਿਆ, ਕਾਫੀ ਵੱਡਾ ਵੀ ਹੈ ਪਿੰਡ, ਐਸੀ ਗੱਲ ਨਹੀਂ। ਅਤੇ ਉਰੇ ਮਰੂਤੀਆਂ ਵੀ ਬਹੁਤ ਨੇ ਉਹਦੇ ਨਾਲ ਨਾਲ,
क्रिसमस तो उरे बाले बड़े लैवल दे मनांदे आ। देखो दरख्तां दे सानू डेकोरेशन जिदा उही मिल जूगी ताए बेबे। वाह क्यों है कुदरत दी बुक्कल च बसाया निक्का जिहा पिंड। घर वाले सोहणे आ यार। इधर ही है मैं इनू पूछा देखो कैंट करने। हेलो हाय स्टोन ब्रिज वेरी स्ट्रॉन्ग ब्रिज ओके ओके थैंक यू। हाउ मच फार ओके ओके ऑल राइट ओके 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 थैंक यू थैंक यू। नेड़ी है कहते लकड़ा देखो बड़े लेवल दे स्टोर किए हुई ने इन्होंने। इधर भी काफी घर ने यार लेफ्ट है। एक्सक्यूज मी भैया स्टोन ब्रिज या ओके ओके थैंक यू। हाल ही कैंट लोग ने यार वाले घर देखो कितना कैंट है यार सोने घर ने ना कर लेने दे। इधर ही है ना हाँ हाँ ही सी। ਆਪਾਂ ਪਹੁੰਚ ਗਏ ਲੌਂਗ ਖੂਮ ਪਿੰਡ 'ਚ ਅਤੇ ਪਿੱਛੇ ਸਾਰਾ ਪਿੰਡ ਹੈ ਕੰਟਰੀ ਸਾਈਡ ਹੈ ਤਾਂ ਸਟੋਨ ਬ੍ਰਿਜ ਤੁਹਾਨੂੰ ਦਿਖਾਉਂਦੇ ਆ। ਬਹੁਤ ਐਕਸਾਈਟਡ ਆ ਬੱਦਲਬਾਈ ਵੀ ਹੋ ਰਹੀ ਹੈ ਮੀਂਹ ਆਉਣ ਵਾਲਾ ਅਤੇ ਕ੍ਰਿਸਮਿਸ ਕਰਕੇ ਇਹਨਾਂ ਦੀ ਵੀ ਪੂਰੀਆਂ ਤਿਆਰੀਆਂ ਨੇ। ਆਹ ਦੇਖੋ ਇਹ ਕੋਈ ਪੁਰਾਣਾ ਦਰਖਤ ਹੈ ਇਹ ਰਾਹ ਹੈ ਨਾ ਸਾਰਾ ਐਂ ਪੱਥਰਾਂ ਦਾ ਬਣਿਆ ਹੋਇਆ ਇਹਨੂੰ ਵੀ ਕਹਿੰਦੇ ਆ ਸਟੋਨ ਬ੍ਰਿਜ ਕਾਫੀ ਲੰਬਾ ਹੈ ਤਾਂ ਅੱਗੇ ਜਾਂਦੇ ਐਕਸਪਲੋਰ ਕਰਦੇ ਹਾਂ। ਦੇਖੋ ਪੁਰਾਣੇ ਜਿਹੇ ਦਰਖਤ ਨੇ। ਜਦੋਂ ਮੈਂ ਕੰਬੋਡੀਆ ਗਿਆ ਸੀ ਨਾ ਅੰਕੁਰ ਭੱਟ ਮੰਦਿਰ ਦੇ ਵਿੱਚ ਉੱਥੇ ਵੀ ਸੇਮ ਹੀ ਐਵੇਂ ਦੇ ਦਰਖਤ ਸੀ ਐਵੇਂ ਜਿਹੇ ਦੇ ਰਾਹ ਸੀ ਪਰ ਉਹ ਮੰਦਿਰ ਟੁੱਟਿਆ ਸੀ ਤਾਂ ਕਰਕੇ ਫੀਲ ਹੋ ਰਿਹਾ ਸੀ। ਤਾਂ ਇਹ ਸਾਰਾ ਸਟੋਨ ਬ੍ਰਿਜ ਕਹਿੰਦੇ ਆ ਕਿਉਂਕਿ ਉਰੇ ਪੱਥਰੀ ਪੱਥਰ ਨੇ ਟੁੱਟੇ ਫੁੱਟੇ ਰਾਹ ਬਣੇ ਹੋਏ ਆ। ਤਾਂ ਜਿਹੜੇ ਨਾਗਾਲੈਂਡ ਦੇ ਲੋਕ ਇਹਨਾਂ ਦਾ ਕਹਿਣਾ ਹੈ ਕਿ ਜੋ ਇਹਨਾਂ ਦੀ ਹੋਂਦ ਹੈ ਨਾ ਵੀ ਇਹ ਜਿੱਥੋਂ ਨਿਕਲੇ ਨੇ ਤਾਂ ਸੁਰੰਗਾਂ ਹੁੰਦੀਆਂ ਸੀ ਵੀ ਅੱਗੇ ਤਾਂ ਉਹਦੇ ਵਿੱਚੋਂ ਇਹਨਾਂ ਦਾ ਜਨਮ ਹੋਇਆ ਇੱਦਾਂ ਉੱਦਾਂ ਇਹਨਾਂ ਦਾ ਮੰਨਣਾ ਹੈ। ਪਤਾ ਨਹੀਂ ਮਿੱਥ ਹੈ ਆਈ ਡੋਂਟ ਨੋ ਪਰ ਆਹੀ ਇਤਿਹਾਸ ਹੈ। ਤਾਂ ਹੁਣ ਤਾਂ ਬਾਹਲੇ ਘੈਂਟ ਦਰਖਤ ਜੇ ਆ ਗਏ ਯਾਰ। ਤਾਂ ਪੁਰਾਣੇ ਟਾਈਮ 'ਚ ਇਹ ਜਿਹੜੇ ਵਿੱਚ ਛੇਦ ਨੇ ਹੈ ਨਾ ਇਹ ਪੱਥਰਾਂ ਦੇ ਤਾਂ ਉਰੇ ਵਰਛੇ ਰੱਖ ਦਿੱਤੇ ਜਾਂਦੇ ਸੀ ਮੈਂ ਉੱਪਰ ਨੂੰ ਮੂੰਹ ਕਰਕੇ ਤਾਂ ਸੰਕੇਤ ਹੁੰਦਾ ਸੀ ਹਮਲਾਵਰ ਵਾਸਤੇ ਵੀ ਜੇ ਤੁਸੀਂ ਅੱਗੇ ਆਓਗੇ ਤਾਂ ਤੁਹਾਨੂੰ ਮਾਰ ਦਿੱਤਾ ਜਾਊਗਾ ਜਾਂ ਤੁਹਾਡਾ ਸਿਰ ਵੱਢ ਦਿੱਤਾ ਜਾਊਗਾ। ਤਾਂ ਐਵੇਂ ਦੇ ਮੈਂ ਪੱਥਰ ਪਹਿਲੀ ਵਾਰ ਦੇਖੇ ਨੇ ਜੰਗਲਾਂ ਦੇ ਵਿੱਚ। ਦੇਖੋ ਕਿੰਨਾ ਖੂਬਸੂਰਤ ਮਾਹੌਲ ਹੈ। ਤਾਂ ਬੜਾ ਇੰਟਰਸਟਿੰਗ ਹੈ ਮਾਹੌਲ ਹੈਗਾ ਇਹ ਸਾਰਾ ਮਤਲਬ 200 meters ਦਾ ਹੀ ਹੈ। ਤਾਂ ਤੁਰ ਕੇ ਅਸੀਂ ਉੱਥੇ ਤੱਕ ਗਏ ਹੁਣ ਵਾਪਸ ਜਾ ਰਹੇ ਹਾਂ। ਮੈਨੂੰ ਲੱਗਿਆ ਸੀ ਮੈਂ ਕਿਤੇ ਕੋਈ ਪੁਲ ਹੋਊਗਾ ਹੈ ਨਾ ਜਿਵੇਂ ਨਹਿਰ ਨੂਰ ਉੱਪਰ ਦੀ ਐਵੇਂ ਦਾ ਕੁਛ ਨਹੀਂ ਸੀ ਇੱਕ ਰਾਹ ਸੀ ਬਸ ਇਹਨੂੰ ਪਤਾ ਨਹੀਂ ਸਟੋਨ ਬ੍ਰਿਜ ਕਿਉਂ ਕਿਹਾ ਜਾਂਦਾ। ਇੱਥੇ ਨਾ ਕਾਫੀ ਬੰਦੇ ਤਾਂ ਹੀ ਕਹਿ ਦਿੰਦੇ ਆ ਵੀ ਕਿੱਥੋਂ ਘੁੰਮਣ ਆਏ ਹੋ ਇੰਡੀਆ ਤੋਂ ਮਤਲਬ ਇਹ ਆਪਣੇ ਆਪ ਨੂੰ ਅਲੱਗ ਸਮਝਦੇ ਆ। ਮਾਹ ਤੁਸੀਂ ਦੱਸੋ ਸਵਿਟਜ਼ਰਲੈਂਡ 'ਚ ਜਿਵੇਂ ਰਹਿੰਦੇ ਹੋ ਜਿਵੇਂ ਹੁਣ ਇਹ ਵੀ ਇੰਡੀਆ ਦਾ ਹੀ ਹਿੱਸਾ ਹੈ ਬੜਾ ਹਾਸਾ ਆਉਂਦਾ ਸੁਣ ਕੇ। ਤਾਂ ਪਿੰਡ ਘੁੰਮਿਆ ਆਪਾਂ ਤਾਂ ਇੱਥੋਂ ਦਾ ਸਰਕਾਰੀ ਸਕੂਲ ਹੈ ਤਾਂ ਬੰਦ ਹੈ ਕਿਉਂਕਿ ਹੁਣ ਇਹਨਾਂ ਦੀਆਂ ਛੁੱਟੀਆਂ ਛੱਟੀਆਂ ਨੇ ਕ੍ਰਿਸਮਿਸ ਦੀਆਂ ਨੇ ਪਤਾ ਨਹੀਂ ਉਹਦੀਆਂ। ਤਾਂ ਉਹਰੇ ਤੁਹਾਨੂੰ ਦੱਸਿਆ ਸੀ ਇੱਧਰ ਜਾ। ਹੈਲੋ ਆ ਬੱਚਿਆਂ ਨੂੰ ਦੇਖ ਕੇ ਭੱਜ ਜਾਂਦੇ ਆ ਬਾਈ ਜਿਵੇਂ ਤਾਰਦਾ ਇੱਥੋਂ ਇਹ ਹੈਂ ਆ ਰਾਹ ਵੀ ਯਾਰ ਬਾਲਾ ਘੈਂਟ ਹੈ ਦਿਲ ਕਰਦਾ ਇੱਥੋਂ ਹੀ ਤਾਰਦਾ ਪਰਾਂ ਸੜਕ ਦੇ ਉੱਤਰਦਾ ਜਾ ਕੇ ਘੈਂਟ ਹੈ ਪਰ ਬੁਲਟ ਵਾਸਤੇ ਨਹੀਂ ਇੰਨਾ ਘੈਂਟ। ਕੀ ਕਹਿੰਦਾ ਆ ਰਾਹ ਦਾ ਸਵਾਦ ਲੈਣ ਦੇ ਮਾਰਿਆਂ ਨੇ ਅਸੀਂ ਬੁਲਟ ਕਿੱਧਰ ਤਾਰ ਲਿਆ। ਦੇਖੋ ਇੱਥੋਂ ਤਾਂ ਅਸੀਂ ਬੜੀ ਈਜ਼ਲੀ ਲੈ ਆਏ ਕੋਈ ਐਡਾ ਚੱਕਰ ਨਹੀਂ ਪਰ ਆਹ ਰਾਹ ਇਹਨਾਂ ਵਾਲਾ ਬਾਹਲਾ ਡੇਂਜਰ ਹੈ ਇੱਥੋਂ ਤਾਰਾਂਗੇ ਹੁਣ। ਆਣਦੇ 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 ਤਾਰ ਲੇਗਾ
ਉਤਰਦਾ ਜਾਊਗਾ ਹੌਲੀ ਹੌਲੀ। ਆਣਦੇ 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 ਸਲੰਸਰ ਨਾ ਇੰਨੀ ਜ਼ੋਰ ਦੀ ਵੱਜਿਆ ਦੇਖੋ ਆ ਇੱਥੋਂ ਟੁੱਟ ਗਿਆ ਪੱਥਰ ਜਿਹਾ। ਪਿੰਡ ਘੁੰਮ ਗਿਆ ਭਾ ਗਏ ਸੀ ਅਤੇ ਆਪਣੇ ਪੰਜਾਬੀ ਬਾਬਾ ਜੀ ਪਹੁੰਚ ਗਏ ਬਠਿੰਡਾ ਤੋਂ। ਤਾਂ 65 ਸਾਲ ਦੇ ਆ ਸਾਰਾ ਇੰਡੀਆ ਘੁੰਮ ਚੁੱਕਿਆ ਸਾਈਕਲ ਦੇ ਹੁਣ ਨਾਗਾਲੈਂਡ 'ਚ ਆਇਆ ਇਹਨਾਂ ਦਾ। ਨਾਗਾਲੈਂਡ ਦੀ ਹਿਫਾਜ਼ਤ ਲਈ ਅਤੇ ਭਾਰਤ ਦੀ ਅਖੰਡਤਾ ਬਰਕਰਾਰ ਰੱਖਣ ਲਈ ਜਿੰਨੇ ਵੀ ਫੌਜੀ ਨੌਜਵਾਨਾਂ ਨੇ ਵੀਰਗਤੀ ਪ੍ਰਾਪਤ ਕੀਤੀ ਹੈ ਹੁਣ ਤੱਕ ਪੂਰੇ ਨਾਗਾਲੈਂਡ 'ਚ 55 ਦਾ ਟਾਈਮ ਹੋਵੇ ਤਾਂ ਉਹ ਸਾਰਿਆਂ ਦੇ ਉਰੇ ਨਾਂ ਲਿਖੇ ਹੋਏ ਆ। ਦੇਖੋ ਇਹ ਪੂਰਾ ਬਾਰ ਮੋਰੀਅਲ ਬਣਾਇਆ। ਸ਼ਾਮ ਨੂੰ ਉਰੇ ਨਾਗਾਲੈਂਡ ਦਾ ਯੂਥ ਜਾਂਦਾ ਹੈ ਨਾ ਮੁੰਡੇ ਕੁੜੀਆਂ। ਮੈਂ ਰਾਤ ਵੀ ਦੇਖ ਰਿਹਾ ਸੀ ਦੇਖੋ ਉਰੇ ਬੀੜੀਆਂ ਪਈਆਂ ਨੇ ਹਨਾ ਇਸ ਵਾਲੇ ਬੇਅਕਲ ਜੇ ਉੱਪਰ ਚੜ੍ਹ ਜਾਂਦੇ ਆ। ਅਤੇ 63 ਦੇ ਟਾਈਮ 'ਚ ਉਰੇ ਸਿੱਖ ਰੈਜੀਮੈਂਟਾਂ ਦੀਆਂ ਕਾਫੀ ਜੁੰਟਾਂ ਸੀ ਮੇ ਵੀ 10 ਹੋਣੀਆਂ ਤਾਂ ਹੀ ਕਰਕੇ ਸਾਹਮਣੇ ਸਾਹਮਣੇ ਗੁਰੂ ਘਰ ਹੈ ਦੇਖੋ। ਤਾਂ ਜਿੱਥੇ ਖਤਰਾ ਹੁੰਦਾ ਹੈ ਨਾ ਸਿੱਖ ਰੈਜੀਮੈਂਟ ਉੱਥੇ ਹੀ ਲਾਈ ਜਾਂਦੀ ਹੈ ਕਿਉਂਕਿ 63 ਦੇ ਵਕਤ ਉਰੇ ਜੋ ਹਾਲਾਤ ਸੀ ਜਮ੍ਹਾਂ ਖਰਾਬ ਸੀ ਤਾਂ ਕਰਕੇ ਇੰਨੀਆਂ ਜੁੰਟਾਂ ਲਾਈਆਂ ਹੋਈਆਂ ਸੀ ਉਰੇ ਸਿੱਖ ਰੈਜੀਮੈਂਟਾਂ ਦੀਆਂ। ਤੁਸੀਂ ਵੀ ਤੁਹਾਡੀ ਵੀ ਜੇ ਰਿਸ਼ਤੇਦਾਰੀ 'ਚੋਂ ਕੋਈ ਇੱਧਰ ਹੋਊਗਾ ਤਾਂ ਉਹਨੂੰ ਜ਼ਰੂਰ ਇਹ ਵੀਡੀਓ ਸ਼ੇਅਰ ਕਰੀ ਉਹਨਾਂ ਨਾਲ ਨਾ ਸ਼ਾਇਦ ਖੁਸ਼ੀ ਮਹਿਸੂਸ ਹੋਵੇ ਜਾਂ ਹੁਣ ਵੀ ਕੋਈ ਡਿਪਲੋਏ ਆ ਨਾਗਾਲੈਂਡ 'ਚ ਜਾਂ ਨੌਰਥ ਈਸਟ 'ਚ। ਥੋੜ੍ਹੀ ਜਿਹੀ ਆਪਾਂ ਸਿਟੀ ਹੋਰ ਘੁੰਮ ਰਹੇ ਹਾਂ। ਲੈਟਰ ਪਾਉਂਦੇ ਆ ਲੱਕੜਾਂ ਦਾ ਘਰ ਬਣਾਉਂਦੇ ਆ ਤਾਂ ਇਹਦਾ ਸਾਂਚਾ ਜਿਹਾ ਬਣਾ ਲਿਆ ਇਹਨਾਂ ਨੇ। ਦੇਖੋ ਨਾ ਇਹ ਮੇਖਾਂ ਕੱਢ ਕੇ ਪੂਰੇ ਧਾਗੇ ਬੰਨੇ ਹੋਏ ਆ ਜਿਵੇਂ ਆਪਾਂ ਜਦੋਂ ਕੰਧ ਕੱਢਦੇ ਹਾਂ ਵੀ ਇੰਟ ਉਰਾ ਪੁਰਾ ਨਾ ਹੋ ਜਾਵੇ ਵੀ ਲੱਕੜ ਉਰਾ ਪੁਰਾ ਨਾ ਹੋ ਜਾਵੇ। ਤਾਂ ਉਰੇ ਜ਼ਿਆਦਾਤਰ ਠੰਡੇ ਰਹਿੰਦੀ ਹੈ ਕਿਉਂਕਿ ਪਹਾੜਾਂ 'ਚ ਹੈ ਇਹ ਸ਼ਹਿਰ, ਵੈਸੇ ਵੀ ਨਾਗਾਲੈਂਡ ਪਹਾੜਾਂ 'ਚ ਹੈ ਅਤੇ ਸਿਆਲ 'ਚ ਤਾਂ ਤੁਹਾਨੂੰ ਪਤਾ ਇਹ ਵੈਸੇ ਵੀ ਖਾਣਾ ਖੁਣਾ ਲੱਕੜਾਂ ਨਾਲ ਹੀ ਬਣਾਉਂਦੇ ਆ। ਤਾਂ ਉਰੇ ਦੇ ਲੋਕ ਨਾ ਇੰਨੇ ਕੁ ਇਮਾਨਦਾਰ ਨੇ ਮੈਂ ਤੁਹਾਨੂੰ ਲਾਈਵ ਵੀ ਦਿਖਾ ਰਿਹਾ। ਆਹ ਦੇਖੋ ਇਹ ਲੱਕੜਾਂ ਪਈਆਂ ਨੇ ਅਤੇ ਉੱਪਰ ਦੇਖੋ ਰੇਟ ਲਿਖਿਆ ਵੀ ਇਹ ਸਾਰੀਆਂ ਲੱਕੜਾਂ ਦਾ ਰੇਟ 2500 ਹੈ। ਜਿਹਨੂੰ ਚਾਹੀਦੀਆਂ ਨੇ ਫੋਨ ਕਰੋ ਅਤੇ ਲੈ ਆਪਣੇ ਤਾਂ ਹੁਣ ਤੱਕ ਧੂਣੀ ਵਾਲ ਕੇ ਹੈ ਨਾ ਜੀ ਮਚਾ ਦਿੰਦੇ ਪਿੰਡ ਵਾਲੇ ਤਾਂ ਲੈ ਜਾਂਦੇ ਨਾ ਹੁਣ ਜਿਵੇਂ ਸਿਆਲ ਹੈ ਆਪਣੇ ਤਾਂ ਧੁੰਦਾ ਨੇ ਸਾਡੇ ਵਰਗੇ ਨੇ ਧੂਈ ਲਾਣੀ ਹੋਣੀ ਸੀ ਅਤੇ ਸਾਡੇ ਤਾਂ ਪਿੰਡ ਵਾਲੇ ਗੁਹਾਰੇ ਚੋਰੀ ਕਰ ਲਿਆਉਂਦੇ ਆ ਮਤਲਬ ਪਾਥੀਆਂ ਚੱਕ ਚੱਕ ਕੇ ਧੂਣੀਆਂ ਲਾਉਂਦੇ। ਅਸੀਂ ਵੀ ਲਾਈਆਂ ਨੇ ਪਹਿਲਾਂ ਜਦੋਂ ਛੋਟੇ ਹੁੰਦੇ ਸੀ ਅਸੀਂ ਕਿਆ ਕਿਸੇ ਨੂੰ ਬਲੇਮ ਕਰਨਾ ਪਰ ਫਿਰ ਵੀ ਇਮਾਨਦਾਰੀ ਹੈ ਯਾਰ। ਤਾਂ ਆਪਾਂ ਨਾਗਾਲੈਂਡ 'ਚ ਆ ਇੱਥੋਂ ਦਾ ਕੁਛ ਖਾ ਰਹੇ ਹਾਂ। ਇਹ ਸਾਗਰ ਗੰਦੀ ਤਾਂ ਹੈ ਨਹੀਂ ਤੁਹਾਨੂੰ ਪਤਾ ਹੀ ਹੈ ਪਰ ਉਰੇ ਦਾ ਕੁਛ ਹੈ ਜੇ ਤੁਹਾਨੂੰ ਪਤਾ ਕਮੈਂਟ ਕਰਕੇ ਜ਼ਰੂਰ ਦੱਸਿਓ। ਬਾਲ ਕੇ ਇਹਨੂੰ ਛਿੱਲ ਕੇ ਖਾਵਾਂਗੇ। ਭੁੱਖ ਲੱਗੀ ਆ ਪਹਿਲਾਂ ਆਪਾਂ ਛਕਦੇ ਹਾਂ ਪ੍ਰਸ਼ਾਦੇ ਉਹ ਤੋਂ ਬਾਅਦ ਦੇਖਦੇ ਹਾਂ ਫਿਰ ਅੱਗੇ। ਠੰਡ ਇੰਨੀ ਆ ਪ੍ਰਸ਼ਾਦਾ ਛਕ ਰਹੇ ਹਾਂ ਨਾਲ ਨੂਣ ਵਾਲੇ ਚੌਲ ਅਤੇ ਮੇਨ ਹੈ ਅੰਬ ਦਾ ਚਾਰ ਜੋ ਕਿਉਂਕਿ ਬਾਈ ਦੀ ਫੈਮਿਲੀ ਆਈ ਸੀ ਉਰੇ ਤਾਂ ਉਹਨਾਂ ਤੋਂ ਬਾਈ ਉਰ ਨੇ ਚਾਰ ਵੀ ਪਵਾ ਲਿਆ। ਤੁਹਾਨੂੰ ਇਹ ਚਾਰ ਖਾ ਕੇ ਪੂਰਾ ਐਂ ਲੱਗਿਆ ਹੀ ਨਹੀਂ ਅਸੀਂ ਨਾਗਾਲੈਂਡ 'ਚ ਖਾਧੇ ਆਪਾਂ ਨੇ ਛਕ ਲਏ। ਹੁਣ ਇੱਥੇ ਇੱਕ ਮੇਲਾ ਲੱਗਿਆ ਬਾਕੀ ਉਰੇ ਰਾਤ ਨੂੰ ਹੀ ਰੌਣਕ ਹੁੰਦੀ ਹੈ। ਕੱਲ੍ਹ ਨੂੰ ਕ੍ਰਿਸਮਿਸ ਹੈ ਤਾਂ ਅੱਜ ਵੀ ਇਹਨਾਂ ਨੇ ਬੰਬ ਬੁੰਬ ਬਹੁਤ ਚਲਾਉਣੇ ਆ ਤਾਂ ਆਪਾਂ ਬਾਹਰ ਦਾ ਵਿਊ ਦੇਖਣ ਚੱਲੇ ਹਾਂ। ਮੋਕੋਕ ਚੁੰਗ ਸ਼ਹਿਰ ਦਾ ਵਿਊ ਦੇਖੋ ਇਹ ਹੇਠਲੇ ਹੇਠਲੇ ਸ਼ਹਿਰ ਦਾ ਮਤਲਬ ਅੱਧੇ ਕੁ ਸ਼ਹਿਰ ਦਾ ਵਿਊ ਹੈ। ਤਾਂ ਪਿੰਡ ਦਾ ਤੁਸੀਂ ਨੇ ਦਿਨ ਦਾ ਵਿਊ ਦੇਖਿਆ ਸੀ ਹੁਣ ਤੁਹਾਨੂੰ ਰਾਤ ਦਾ ਦਿਖਾਵਾਂਗੇ ਲਾਈਟਿੰਗ ਵਾਲਾ। ਪਿੰਡ ਦੀਆਂ ਗਲੀਆਂ ਦੇਖੋ ਜਮ੍ਹਾਂ ਰਚਨਾਈਆਂ ਪਈਆਂ ਨੇ ਤਾਂ ਚੰਨ ਚਾਨਣੀ ਰਾਤ ਮਹਿਰਮਾ ਉਹੀ ਕੰਮ ਹੋਇਆ ਵਿਆ ਜਮ੍ਹਾਂ ਰਾਤ ਚਾਨਣੀ ਲੱਗ ਰਹੀ ਹੈ। ਲਾਈਟਿੰਗ ਦੇਖੋ ਕਿੰਨੀ ਹੈ ਅਸੀਂ ਪੂਰਾ ਪਿੰਡ ਵਿੱਚੋਂ ਲੰਘ ਕੇ ਆਇਆ ਲਾਈਟਾਂ ਦੇਖੋ ਕਿੰਨੀਆਂ ਲੱਗੀਆਂ ਨੇ ਆਹ ਟਰੀ ਦੇਖੋ ਕਿੰਨਾ ਘੈਂਟ ਲੱਗ ਰਿਹਾ। ਉੱਥੇ ਯਾਰ ਰਾਹ ਬੰਦ ਕੀਤਾ ਹੋਇਆ ਸੀ ਜਿਹੜੇ ਲੋਕਲ ਲੋਕ ਬੈਠੇ ਸੀ ਹਨਾ ਜਿਵੇਂ ਆਪਣੇ ਲੋਹੜੀ ਅਤੇ ਧੂਣੀਆਂ ਵਾਲੀਆਂ ਹੁੰਦੀਆਂ ਨੇ ਐਂ ਧੂਣੀਆਂ ਵਾਲ ਕੇ ਬੈਠੇ ਆ ਨਹੀਂ ਉਹ ਵੀ ਦਿਖਾਵਾਂਗੇ ਜੇ ਉਹਨਾਂ ਨੇ ਇਜਾਜ਼ਤ ਦਿੱਤੀ। ਤਾਂ ਆਪਾਂ ਉਹੀ ਪਾਰਕ 'ਚ ਆ ਗਏ ਜਿਹੜਾ ਤੁਹਾਨੂੰ ਦਿਨ 'ਚ ਦਿਖਾਇਆ ਸੀ ਕੱਲ੍ਹ। ਤਾਂ ਰਾਤ ਦਾ ਮਾਹੌਲ ਦਿਖਾਉਂਦੇ ਹਾਂ ਕਿੰਨਾ ਖਤਰਨਾਕ ਹੈ। ਦਰੱਖਤਾਂ ਦੇ ਦੇਖੋ ਲਾਟੂ ਲਮਕਾਏ ਪਏ ਆ ਪੂਰੇ ਕਿੰਨੇ ਸੋਹਣੇ ਲੱਗ ਰਹੇ ਆ। ਤਾਂ ਆਹ ਉੱਧਰ ਦੇਖੋ ਉੱਧਰ ਲਾਲ ਰੰਗ ਦੇ ਆ ਤਾਂ ਰੰਗ ਬਿਰੰਗੇ ਲਾਟੂ। ਕ੍ਰਿਸਮਿਸ 'ਤੇ ਬਾਬਿਓ ਤਾਂ ਜਿਹੜੇ ਆ ਜੋੜੇ ਹੁੰਦੇ ਆ ਐਂ ਬਸ ਇਹ ਵਿਆਹ ਵਿਆਹ ਮੈਂ ਉਰਾਂ ਹੁੰਦਾ ਦੇਖਿਆ ਨਹੀਂ ਤਾਂ ਉਰੇ ਦੇ ਆਪਣੇ ਪੰਜਾਬੀਆਂ ਨੇ ਵੀ ਦੱਸਿਆ ਵੀ ਐਂ ਕ੍ਰਿਸਮਿਸ 'ਤੇ ਭੱਜ ਭੁੱਜ ਜਾਂਦੇ ਉਰਾਂ ਪੁਰਾਣਾ ਪ੍ਰੇਮੀ ਜੋੜੇ। ਤਾਂ ਇਹ ਪੂਰੀਆਂ ਲਾਈਟਾਂ ਲੱਗ ਰਹੀਆਂ ਨੇ ਯਾਰ ਰਾਸਤਾ ਕਿੰਨਾ ਘੈਂਟ ਹੈ। ਇੱਕ ਗੱਲ ਹੋਰ ਵੀ ਉਰੇ ਨਾਗਾਲੈਂਡ ਦੀ ਜੇ ਕੋਈ ਮਤਲਬ ਪ੍ਰੇਮੀ ਜੋੜਾ ਚੋਲ ਮੋਲ ਕਰਦਾ ਫੜਿਆ ਜਾਵੇ ਤਾਂ ਪਹਿਲਾਂ ਤਾਂ ਉਹ ਉਹਨਾਂ ਨੂੰ ਕੁੱਟਦੇ ਆ ਮੁੰਡੇ ਕੁੜੀ ਨੂੰ ਬਾਅਦ 'ਚ ਉਹਨਾਂ ਦਾ ਵਿਆਹ ਕਰ ਦਿੰਦੇ ਆ। ਇਹ ਵੀ ਮੈਂ ਨਵਾਂ ਰੂਲ ਉਰੇ ਸੁਣਿਆ ਨਾ ਕੁੱਟ ਕੇ ਪਰਾਉਣਾ ਬਣਾਉਂਦੇ ਹੁਣ ਇਹਨਾਂ ਨੂੰ ਦੇਖ ਕੇ ਯਾਰ ਗੱਲ ਬਣ ਗਈ ਕਿ ਪਿੰਡ ਤਰੇ ਵਿੱਚ ਲਾਟੂ ਲਾ ਤੇ ਕਰਤਾ ਚਾਨੋ ਚਾਨਣ ਨਹੀਂ ਆ ਜਾ ਮੇਲਣੇ ਭੰਗੜਾ ਪਾਈਏ ਬਣ ਜਾ ਮੇਰੀ ਹਾਨਣ ਨਹੀਂ। ਤਾਂ ਤਕੜੇ ਲੈਵਲ ਦੀਆਂ ਗੱਲਾਂ ਨੇ ਇੱਧਰ ਪੂਰੇ ਹਨਾ ਘੈਂਟ ਲੱਗ ਰਿਹਾ। ਦਿਨ 'ਚ ਆਏ ਸੀ ਹੋਰ ਵਾਈਵਸ ਨੇ ਹੁਣ ਹੋਰ ਵਾਈਵਸ ਨੇ। ਤਾਂ ਇਹ ਇਕੱਲੀ ਕ੍ਰਿਸਮਿਸ ਨਹੀਂ ਇਹ ਵਿਆਹ ਦਾ ਸੀਜ਼ਨ ਵੀ ਇਹਨਾਂ ਦਾ ਮਤਲਬ ਹੁਣ ਐਂ ਵਿਆਹ ਹੋ ਜਾਂਦੇ ਇਹਨਾਂ ਦੇ ਤਾਂ ਜਿਵੇਂ ਉਹ ਫਿਲਮਾਂ 'ਚ ਨਹੀਂ ਕਹਿੰਦੇ ਹੁੰਦੇ ਵੀ ਭੂਤਾਂ ਵਾਲਾ ਖੂਹ ਭੂਤਾਂ ਵਾਲਾ ਆਪਣਾ ਬੜ ਹਨਾ ਭੂਤਾਂ ਵਾਲਾ ਪਿੱਪਲ ਉਹੀ ਐਵੇਂ ਲਾਈਟਾਂ ਜੀਆਂ ਲੱਗ ਰਹੀਆਂ ਨੇ। ਦੇਖੋ ਪਿੰਗਾ ਝੂਟ ਰਿਹਾ ਉੱਧਰ ਤੁਹਾਨੂੰ ਪਾਰਕ 'ਚ ਸਾਰਾ ਕੁਛ ਨਹੀਂ ਦਿਖਾਇਆ ਸੀ ਇੱਕ ਦੋ ਚੀਜ਼ਾਂ ਛੱਡਤੀਆਂ ਸੀ ਵੀ ਚਲੋ ਫਿਰ ਐਕਸਪਲੋਰ ਕਰਾਂਗੇ ਰਾਤ। ਆਹ ਸਪੋਟ ਨਹੀਂ ਤੁਹਾਨੂੰ ਦਿਖਾਇਆ ਸੀ ਆਹ ਲਾਈਟ ਲੱਗ ਰਹੀ ਹੈ ਦੇਖੋ ਸਾਰੀ ਇਹ ਡਿਫਰੈਂਟ ਰਾਹ ਹੈ।
ਇਥੋਂ ਵੀ ਵਿਊ ਦਿਖਦਾ ਰਾਤ ਨੂੰ ਤਾਂ ਸਿਰਫ ਇਹ ਲਾਈਟਾਂ ਹੀ ਦਿਖਦੀਆਂ ਨੇ ਘੈਂਟ ਹੈ ਇਹ ਸਾਰਾ ਬੰਬੂਆਂ ਦਾ ਬਣਿਆ ਤਾਂ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਹਾਂ ਰਸਤਾ ਹੀ ਖਤਰਨਾਕ ਹੀ ਇਹਦਾ ਦੇਖੋ ਬਲਮ ਜੇ ਇਹਨਾਂ ਨੇ ਟਪਕਾ ਰੱਖਿਆ ਦੀਮ ਵਾਲਾ ਚੜ ਰਹੀ ਹੈ ਦਰਖਤਾਂ ਤੇ ਫਰਕ ਘੁੰਮ ਕੇ ਮੈਂ ਵੀ ਇਹ ਲਾਟੂਆਂ ਦੇ ਹੇਠਾਂ ਜੀ ਆ ਗਿਆ ਘੈਂਟ ਲੱਗਦੇ ਯਾਰ ਵਾਲੇ ਤਾਂ ਉਰੇ ਯਾਰ ਕ੍ਰਿਸਮਿਸ ਮਨਾਈ ਇਹਨਾਂ ਨੇ ਸਾਨੂੰ ਉਰੇ ਲਗਭਗ ਗੁਰੂ ਘਰ 'ਚ 12 ਦਿਨ ਹੋ ਗਏ ਮੈਂ ਸਿਰਫ ਦੋ ਵਲੌਗ ਹੀ ਬਣਾਏ ਨੇ ਕਾਫੀ ਯਾਰ ਦਿਮਾਗ ਖਰਾਬ ਹੋ ਰਿਹਾ ਸੀ ਹੁਣ ਥੋੜ੍ਹਾ ਜਿਹਾ ਠੀਕ ਹੋਏ ਹਾਂ ਤਾਂ ਇੱਥੋਂ ਸਾਡਾ ਅੱਗੇ ਜਾਣ ਦਾ ਕੋਈ ਪਲਾਨ ਨਹੀਂ ਸ਼ਾਇਦ ਪੰਜਾਬ ਆ ਜਾਈਏ ਮੋਟਰਸਾਈਕਲ ਕੋਰੀਅਰ ਕਰ ਦਈਏ ਪਤਾ ਨਹੀਂ ਅਜੇ ਕੁਛ ਨਹੀਂ ਸੋਚਿਆ ਤਾਂ ਬਸ ਇੰਨਾ ਕੁ ਵਲੌਗ ਸੀ ਜੇ ਵਧੀਆ ਲੱਗਿਆ ਲਾਈਕ ਕਰੀਓ ਸ਼ੇਅਰ ਕਰੀਓ ਤਾਂ ਜੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰ ਲਓ ਬਾਕੀ ਦੇਖਦੇ ਹਾਂ ਯਾਰ ਨਵੇਂ ਫੈਸਲੇ ਲਵਾਂਗੇ ਨਵਾਂ ਸਾਲ ਹੈ ਤਾਂ ਪਲਾਨਿੰਗ ਕਰ ਰਹੇ ਹਾਂ ਪਤਾ ਨਹੀਂ ਕੀ ਕਰਾਂਗੇ ਅੱਗੇ